ਹਾਂਜੀ, ਹਾਜ਼ਰ ਹਾਂ ਫਿਰ ਦੁਆਰਾ ਆਪ ਦੀ ਸੇਵਾ ਵਿੱਚ। ਮੀਡੀਆ ਪੰਜਾਬ, ਅਸੀਂ ਵਿਚਾਰ ਚਰਚਾ ਕਰ ਰਹੇ ਸੀ ਕਿ ਪਹਿਲੀ ਹਾਜ਼ਰੀ ਦਾ ਆਪ ਜੀ ਨੇ ਜ਼ਿਕਰ ਕੀਤਾ, ਦੂਸਰੀ ਹਾਜ਼ਰੀ ਕਿਹੜੀ ਆ? ਹੁਣ ਪਹਿਲੀ ਹਾਜ਼ਰੀ ਤੇ ਗੁਰੂ ਨੂੰ ਹਾਜ਼ਰ ਜਾਣ ਕੇ ਅਸੀਂ ਉਹਨਾਂ ਨਾਲ ਬਚਨ ਕਰਨਾ। ਹਾਂਜੀ, ਸਾਡਾ ਗੁਰੂ ਹੈ, ਹਾਜ਼ਰ ਸਮਝਾਂਗੇ ਤੇ ਬਾਣੀ ਚ ਮਨ ਲੱਗੇਗਾ, ਨਹੀਂ ਤੇ ਅਸੀਂ ਜੇ ਗੁਰੂ ਨੂੰ ਹਾਜ਼ਰ ਨਹੀਂ ਜਾਣਾਂਗੇ ਤੇ ਅਸੀਂ ਬਾਹਰ ਦੌੜੇ ਫਿਰਾਂਗੇ। ਦੂਜੀ ਹਾਜ਼ਰੀ ਚਾਹੀਦੀ ਹੈਗੀ ਹੈ ਅਕਾਲ ਪੁਰਖ ਦੀ, ਜਿਹਦੇ ਚ ਅਸੀਂ ਇੱਕ ਸੁਰ ਹੋਣਾ ਹੈ। ਇਸ ਕਰਕੇ ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਵੀ ਆਣਗੇ ਜਿੱਥੇ ਰੱਬ ਨੂੰ ਆਵਾਜ਼ ਦੇਣੀ ਪਏਗੀ, ਸੰਬੋਧਨ ਕਰਨਾ ਪਏਗਾ। ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ। ਸਾਚੇ ਸਾਹਿਬਾ, ਕਿਆ ਨਾ ਹੀ ਕਰਦੇ ਰਹੇ, ਆਵਾਜ਼ ਦਿਆਂਗੇ ਤੇ ਸੁਣੇਗਾ ਨਾ। ਇਸੇ ਬਚਨ ਨੂੰ ਹੀ ਭਗਤ ਕਬੀਰ ਜੀ ਨੇ ਕਿਹਾ ਹੈ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣੇ ਪੁਕਾਰ। ਜਿਵੇਂ ਜਿਵੇਂ ਨੂੰ ਹਾਜ਼ਰ ਜਾਣ ਕੇ ਆਵਾਜ਼ਾਂ ਦੇ ਹੀ ਜਾਏਗਾ, ਕਦੀ ਨਾ ਕਦੀ ਤੇ ਉਹ ਆਵਾਜ਼ ਸੁਣੇਗਾ ਨਾ। ਮਨ ਆਵਾਜ਼ਾਂ ਦੇਵੇ, ਮਨ ਪੁਕਾਰੇ ਉਸ ਰੱਬ ਨੂੰ, ਮਨ ਬਾਰ ਬਾਰ ਸੰਬੋਧਨ ਕਰੇ, ਕਦੀ ਨਾ ਕਦੀ ਤੇ ਉਹਦੇ ਤੱਕ ਆਵਾਜ਼ ਪਹੁੰਚੇਗੀ ਹੀ ਪਹੁੰਚੇਗੀ। ਔਰ ਪਹੁੰਚ ਰਹੀ ਹੈ ਪਰ ਅਸੀਂ ਆਵਾਜ਼ ਨਹੀਂ ਦੇ ਰਹੇ, ਇਸ ਕਰਕੇ ਸਾਨੂੰ ਪਤਾ ਨਹੀਂ, ਪਤਾ ਨਹੀਂ ਲੱਗ ਰਿਹਾ, ਪਹੁੰਚ ਨਹੀਂ। ਜਿਸ ਦਿਨ ਅਸੀਂ ਆਵਾਜ਼ ਦੇਵਾਂਗੇ ਉਸ ਦਿਨ ਪਹੁੰਚ ਜਾਏਗੀ। ਪਹਿਲੀ ਹਾਜ਼ਰੀ ਗੁਰੂ ਦੀ, ਗੁਰੂ ਨੂੰ ਹਾਜ਼ਰ ਜਾਣ ਕੇ ਗੁਰੂ ਨਾਲ ਬਚਨ ਕਰਨਾ। ਦੂਜੀ ਹਾਜ਼ਰੀ ਅਕਾਲ ਪੁਰਖ ਦੀ, ਜਿਹੜਾ ਕਣ ਕਣ ਚ ਵਿਆਪ ਰਿਹਾ ਹੈ ਉਹਨੂੰ ਸੰਬੋਧਨ ਕਰਨਾ। ਹੁਣ ਗੁਰੂ ਵੀ ਹਾਜ਼ਰ ਹੋ ਗਿਆ, ਰੱਬ ਵੀ ਹਾਜ਼ਰ ਹੈ, ਤੀਜੀ ਹਾਜ਼ਰੀ ਕਿਹਦੀ ਚਾਹੀਦੀ ਹੈ? ਆਪਣੀ। ਬਿਲਕੁਲ, ਹੁਣ ਗੁਰੂ ਹਾਜ਼ਰ ਹੋ ਗਿਆ, ਰੱਬ ਵੀ ਹਾਜ਼ਰ ਹੈ, ਅਸੀਂ ਬਾਹਰ ਸ਼ੋਪਿੰਗ ਕਰਦੇ ਜਾਈਏ, ਅਸੀਂ ਘਰਾਂ ਦੇ ਕੰਮ ਕਰੀ ਜਾਈਏ, ਮਨ ਕਿਤੇ ਹੋਰ ਦੌੜਿਆ ਹੋਵੇ ਤਾਂ ਵੀ ਗੱਲ ਨਹੀਂ ਨਾ ਬਣੇਗੀ। ਹੁਣ ਸਕੂਲ 'ਚ ਟੀਚਰ ਵੀ ਆ ਗਿਆ, ਪ੍ਰਿੰਸੀਪਲ ਵੀ ਆ ਗਿਆ, ਪਰ ਸਟੂਡੈਂਟ ਹੈ ਹੀ ਨਹੀਂ ਉੱਥੇ, ਸਟੂਡੈਂਟ ਹੈ ਹੀ ਨਹੀਂ ਉੱਥੇ। ਦੇਖੋ, ਜਿਹੜੀ ਗੱਲ ਮੁਸਲਮਾਨ ਵੀਰਾਂ ਵਾਸਤੇ ਸੱਚ ਸੀ ਉਸ ਜ਼ਮਾਨੇ ਵਿੱਚ, ਅੱਜ ਸਿੱਖਾਂ ਵਾਸਤੇ ਵੀ ਉਨੀ ਸੱਚ ਹੈ। ਉਹ ਕਿਹੜੀ ਗੱਲ? ਗੁਰੂ ਨਾਨਕ ਪਾਤਸ਼ਾਹ ਵੇਈ ਤੋਂ ਬਾਹਰ ਆਏ, ਉਹਨਾਂ ਨੇ ਇੱਕ ਹੋਕਾ ਦਿੱਤਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਮੁਸਲਮਾਨਾਂ ਦਾ ਰਾਜ ਸੀ। ਉਹ ਸਾਰੇ ਇਕੱਠੇ ਹੋ ਗਏ, ਨਵਾਬ ਵੀ ਆ ਗਿਆ ਦੌਲਤ ਖਾਨ ਦੀ, ਕਾਜ਼ੀ ਵੀ ਆ ਗਿਆ। ਉਹਨਾਂ ਨੇ ਇਤਰਾਜ਼ ਕੀਤਾ ਇਸ ਗੱਲ 'ਤੇ ਕਿ ਜੇ ਨਾ ਕੋਈ ਹਿੰਦੂ ਨਾ ਮੁਸਲਮਾਨ, ਤੁਸੀਂ ਕਹਿ ਰਹੇ ਹੋ ਵੀ ਸਾਰੇ ਰੱਬ ਦੀ ਔਲਾਦ ਹੈ, ਇੱਕ ਪਿਤਾ ਇੱਕ ਸਿੱਖ, ਮੁਬਾਰਕ ਸਿਧਾਂਤ ਹੈ ਸਾਡਾ, ਫਿਰ ਸਾਡੇ ਨਾਲ ਮਸੀਤੀ ਆ ਕੇ ਨਮਾਜ਼ ਅਦਾ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹੇ ਕਾਜ਼ੀ, ਹੇ ਨਵਾਬ, ਠੀਕ ਹੈ, ਖੁਦਾ ਦੀ ਇਬਾਦਤ ਹੀ ਹੈ, ਅਸੀਂ ਵੀ ਕਰ ਲਾਂਗੇ। ਹੇ ਕਾਜ਼ੀ, ਜੇ ਤੂੰ ਨਮਾਜ਼ ਪੜ੍ਹੇਗਾ ਤੇ ਅਸੀਂ ਵੀ ਪੜ੍ਹ ਲਾਂਗੇ, ਹੇ ਨਵਾਬ, ਜੇ ਤੁਸੀਂ ਨਮਾਜ਼ ਪੜ੍ਹੋਗੇ ਤੇ ਅਸੀਂ ਵੀ ਪੜ੍ਹ ਲਾਂਗੇ। ਸਾਰੇ ਮਸੀਤੇ ਇਕੱਠੇ ਹੋ ਗਏ, ਪੂਰੇ ਸੁਲਤਾਨਪੁਰ ਖਬਰ ਫੈਲ ਗਈ, ਗੁਰੂ ਨਾਨਕ ਪਾਤਸ਼ਾਹ ਜੇ ਮੁਸਲਮਾਨ ਬਣ ਜਾਣਗੇ, ਅੱਜ ਮਸੀਤੇ ਚਲੇ ਗਏ ਨਮਾਜ਼ ਪੜ੍ਹਨ ਵਾਸਤੇ। ਸਾਰਿਆਂ ਨੇ ਨਮਾਜ਼ ਅਦਾ ਕੀਤੀ, ਗੁਰੂ ਨਾਨਕ ਪਾਤਸ਼ਾਹ ਖੜ੍ਹੇ ਮੁਸਕਰਾਉਂਦੇ ਰਹੇ। ਨਮਾਜ਼ ਅਦਾ ਹੋਣ ਤੋਂ ਬਾਅਦ ਉਹ ਸਾਰੇ ਇਕੱਠੇ ਹੋ ਗਏ, ਕਾਜ਼ੀ ਕਹਿਣ ਲੱਗਾ, ਗੁਰੂ ਨਾਨਕ ਪਾਤਸ਼ਾਹ, ਤੁਸੀਂ ਸਾਡੇ ਨਾਲ ਨਮਾਜ਼ ਅਦਾ ਨਹੀਂ ਕੀਤੀ, ਤੁਸੀਂ ਤਾਂ ਸਾਡੇ ਨੂੰ ਬਚਨ ਕੀਤਾ ਸੀ ਨਮਾਜ਼ ਪੜ੍ਹੋਗੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹਾਂ ਕਾਜ਼ੀ, ਅਸੀਂ ਕਿਹਾ ਸੀ ਜੇ ਤੂੰ ਨਮਾਜ਼ ਪੜ੍ਹੇਗਾ ਤੇ ਅਸੀਂ ਵੀ ਪੜ੍ਹਾਂਗੇ, ਤੂੰ ਪੜ੍ਹੀ ਨਹੀਂ, ਇਸ ਕਰਕੇ ਅਸੀਂ ਵੀ ਨਹੀਂ ਪੜ੍ਹੀ। ਅਸੀਂ ਵੀ ਨਹੀਂ ਪੜ੍ਹੀ। ਉਹ ਕਾਜ਼ੀ ਬੜਾ ਹੈਰਾਨ ਹੋਇਆ, ਕਹਿੰਦਾ ਕਿ ਕਿਉਂ ਨਹੀਂ ਪੜ੍ਹੀ ਮੈਂ, ਸਾਰੇ ਮੁਸਲਮਾਨ ਇਸ ਗੱਲ ਦੇ ਗਵਾਹ ਨੇ ਕਿ ਮੈਂ ਨਮਾਜ਼ ਪੜ੍ਹੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਹੀਂ ਕਾਜ਼ੀ, ਤੂੰ ਨਹੀਂ ਪੜ੍ਹੀ, ਤੇਰੀ ਜ਼ਬਾਨ ਨੇ ਪੜ੍ਹੀ ਹੋਏਗੀ, ਤੂੰ ਨਹੀਂ ਪੜ੍ਹੀ ਕਿਉਂਕਿ ਤੂੰ ਘਰ ਗਿਆ ਹੋਇਆ ਸੀ ਕਿ ਨਵਾਂ ਜੰਮਿਆ ਵਛੇਰਾ
ਕਿਤੇ ਖੂਹ ਚ ਨਾ ਡਿੱਗ ਜਾਏ, ਮੈਂ ਖੂਹ ਟੱਕ ਕੇ ਨੀ ਆਇਆ। ਤੂੰ ਤੇ ਘਰੇ ਬੱਚੇ ਨੂੰ ਸੰਭਾਲਦਾ ਫਿਰਦਾ ਸੀ, ਤੂੰ ਨਮਾਜ਼ ਨੀ ਪੜ੍ਹੀ। ਨਾਲ ਹੀ ਖੜਾ ਸੀ ਨਵਾਬ ਦੌਲਤ ਖਾਂ ਲੋਧੀ, ਕਹਿੰਦਾ ਕਾਜੀ ਸਾਹਿਬ ਸ਼ਰਮਿੰਦੇ ਨਾ ਹੋ, ਜੇ ਸੱਚ ਹੈ ਤੇ ਦੱਸ ਦਿਓ, ਅੱਜ ਪਰਖ ਹੋ ਜਾਏਗੀ ਗੁਰੂ ਨਾਨਕ ਸਾਹਿਬ ਦੀ। ਕਾਜੀ ਨੂੰ ਸ਼ਰਮਿੰਦਾ ਹੋ ਕੇ ਕਹਿਣਾ ਪਿਆ ਵੀ ਨਵਾਬ ਸਾਹਿਬ ਗੱਲ ਤੇ ਬਿਲਕੁਲ ਸੱਚ ਹੈ, ਨਹੀਂ ਪਤਾ ਹੀ ਨਹੀਂ ਮੈਂ ਕਿਹੜੇ ਵਰਡ ਪੜ੍ਹੇ ਨੇ, ਕਿਉਂਕਿ ਜ਼ਬਾਨ ਨੇ ਪੜ੍ਹੇ ਨੇ, ਮੈਂ ਤੇ ਇੱਥੇ ਹੈ ਹੀ ਨਹੀਂ ਸੀ, ਮੈਂ ਤੇ ਘਰੇ ਬੱਚਾ ਸਾਂਭ ਰਿਹਾ ਸੀ। ਨਵਾਬ ਬੜਾ ਹੈਰਾਨ ਹੋਇਆ, ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਮੰਨਿਆ ਵੀ ਕਾਜ਼ੀ ਨੇ ਨਹੀਂ ਨਮਾਜ਼ ਪੜ੍ਹੀ, ਮੈਂ ਤੇ ਪੜ੍ਹੀ ਸੀ ਨਾ, ਮੇਰੇ ਨਾਲ ਪੜ੍ਹ ਲੈਂਦੇ। ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਕਹਿੰਦਾ ਕਿ ਨਵਾਬ ਕਿਉਂ ਆਪਣੀ ਪੋਲ ਖੁਦਾ ਲੈ, ਕਾਜ਼ੀ ਤੇ ਘਰ ਤੱਕ ਗਿਆ ਸੀ, ਤੂੰ ਕਾਬਲ ਕੰਧਾਰ ਘੋੜੇ ਖਰੀਦਣ ਗਿਆ ਸੀ। ਹੱਕਾ ਬੱਕਾ ਹੋ ਗਿਆ ਨਵਾਬ, ਕਹਿੰਦਾ ਕਿ ਗੱਲ ਬਿਲਕੁਲ ਦਰੁਸਤ ਹੈ ਕਿ ਸਤਿਗੁਰੂ ਮੇਰੀ ਜ਼ਬਾਨ ਨਮਾਜ਼ ਪੜ੍ਹ ਰਹੀ ਸੀ, ਮੈਂ ਨਹੀਂ ਸੀ ਪੜ੍ਹ ਰਿਹਾ, ਮੈਂ ਸੱਚ ਮੁੱਚ ਕਾਬਲ ਕੰਧਾਰ ਘੋੜੇ ਖਰੀਦ ਰਿਹਾ ਸਾਂ, ਕਿਹੜੀ ਨਸਲ ਦੇ ਹੋਣੇ ਚਾਹੀਦੇ ਨੇ, ਕਿੰਨੇ ਕੀ ਬੰਦੇ ਹੋਣੇ ਚਾਹੀਦੇ ਨੇ, ਗੱਲ ਬਿਲਕੁਲ ਦਰੁਸਤ ਹੈ। ਔਰ ਇਹ ਗੱਲ ਅੱਜ ਸਾਡੇ ਵਾਸਤੇ ਵੀ ਸੱਚ ਹੈ, ਸਿੱਖਾਂ ਵਾਸਤੇ ਵੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਤਜਰਬੇ ਝੂਠੇ ਨਹੀਂ ਹੋ ਸਕਦੇ, ਗੁਰੂ ਨਾਨਕ ਸਾਹਿਬ ਦੇ ਤਜਰਬੇ ਸੱਚ ਨੇ। ਅੱਜ ਸਾਡੀ ਵੀ ਆ ਹਾਲਤ ਹੈ, ਅਸੀਂ ਜਪਜੀ ਸਾਹਿਬ ਦਾ ਪਾਠ ਆਰੰਭ ਕਰਦੇ ਹਾਂ, ਜਦੋਂ ਆਉਂਦਾ ਨਾ ਸੋ ਪਾਤਸ਼ਾਹ ਸ਼ਾਮਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ, ਤੇ ਜਦੋਂ ਰਹਿਰਾ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ, ਉਦੋਂ ਮੱਥੇ ਤੇ ਹੱਥ ਮਾਰ ਕੇ ਸੋਚੀ ਦਾ ਮਨਾ ਵੀ ਸ਼ੁਰੂਆਤ ਜਪਜੀ ਸਾਹਿਬ ਦੀ ਕੀਤੀ ਸੀ, ਭੋਗ ਰਹਿਰਾ ਸਾਹਿਬ ਦਾ ਪੈ ਗਿਆ ਵਿੱਚ, ਰਲਗਟ ਹੋ ਗਿਆ, ਜਾਂ ਰਹਿਰਾ ਸਾਹਿਬ ਪੜ੍ਹਨ ਬੈਠ ਗਏ, ਸੋ ਪਾਤਸ਼ਾਹ ਸ਼ਾਮਪਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਾ ਝੋਲੀ ਧਿਆਨ ਕੀ ਕਰੇ ਵਿਭੂਤ। ਜਦੋਂ ਅਖੀਰ ਤੇ ਆਉਂਦਾ ਨਾ ਫਿਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ, ਫਿਰ ਹੋਸ਼ ਆ ਜਾਂਦੀ ਹੈ, ਉਹ ਸ਼ੁਰੂ ਰਹਿਰਾ ਸਾਹਿਬ ਕੀਤੀ ਸੀ, ਭੋਗ ਜਪਜੀ ਸਾਹਿਬ ਦਾ ਪੈ ਗਿਆ। ਸਾਡੀ ਜ਼ਬਾਨ ਪੜ੍ਹ ਰਹੀ ਹੈ, ਅਸੀਂ ਨਹੀਂ ਪੜ੍ਹ ਰਹੇ, ਅਸੀਂ ਨਹੀਂ ਪੜ੍ਹ ਰਹੇ, ਅਸੀਂ ਕਿਤੇ ਹੋਰ ਹਾਂ। ਔਰ ਇਹ ਗੱਲ ਮੁਸਲਮਾਨਾਂ ਵਾਸਤੇ ਨਹੀਂ, ਸਿੱਖਾਂ ਵਾਸਤੇ ਵੀ ਸੱਚ ਹੈ ਕਿ ਹਰ ਹਰ ਨਿੱਤ ਕਰੇ ਰਸਨਾ ਕਹਿਆ ਕਿਛੂ ਨਾ ਜਾਣੀ। ਰਸਨਾ ਕਹਿ ਰਹੀ ਹੈ, ਅਸੀਂ ਨਹੀਂ ਕਹਿ ਰਹੇ, ਅਸੀਂ ਕਿਤੇ ਹੋਰ ਹਾਂ, ਅਸੀਂ ਬੇਹੋਸ਼ ਹਾਂ। ਹੁਣ ਚਾਹੀਦਾ ਕੀ ਹੈਗਾ ਕਿ ਅਸੀਂ ਬਾਣੀ ਪੜ੍ਹੀਏ। ਉਹ ਕਿਵੇਂ ਪੜ੍ਹੀ ਜਾਏਗੀ? ਉਹਦੇ ਲਈ ਮਨ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ। ਮਨ ਹਾਜ਼ਰ ਹੋਏਗਾ, ਮਨ ਨੂੰ ਸੰਬੋਧਨ ਕਰੋ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਸੰਬੋਧਨ ਕਰੋ, ਮਨ ਹਾਜ਼ਰ ਹੋਵੇ, ਸਰੀਰ ਹਾਜ਼ਰ ਹੋਵੇ, ਇੱਕ ਇੱਕ ਅੰਗ ਹਾਜ਼ਰ ਹੋਵੇ। ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਧਰੀ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਇਹ ਸਰਵਣੋ ਮੇਰੇ ਹੋ, ਸੱਚ ਹੈ ਸੁਣਨੇ ਨੂੰ ਪਠਾਏ। ਹਾਜ਼ਰ ਹੋਵੇ ਪੂਰਾ ਸਰੀਰ, ਪੂਰਾ ਮਨ, ਆਤਮਾ, ਚੇਤਨਾ, ਸੱਤਾ, ਸੁਰਤ, ਮਤ, ਇਹਨੂੰ ਹੀ ਕਹਿੰਦੇ ਨੇ ਤਿੱਥੇ ਘੜੀਏ, ਸੁਰਤ, ਮਤ, ਮਨ, ਬੁੱਧ, ਇਹ ਸਾਰੇ ਘੜੇ ਜਾਣਗੇ ਜਦੋਂ ਹਾਜ਼ਰ ਹੋਣਗੇ। ਦੇਖੋ ਨਿਸ਼ਾਨਾ ਲਾਣਾ ਹੋਵੇ ਤੇ ਤਿੰਨ ਚੀਜ਼ਾਂ ਚਾਹੀਦੀਆਂ ਨੇ, ਇੱਕ ਤੇ ਚਾਹੀਦਾ ਹੈ ਨਿਸ਼ਾਨਾ ਜਿੱਥੇ ਲਗਾਉਣਾ ਹੈ, ਦੂਜਾ ਜਿਹਦੇ ਨਾਲ ਲਗਾਉਣਾ ਉਹ ਤੀਰ ਚਾਹੀਦਾ ਸਾਧਨ, ਤੀਜਾ ਨਿਸ਼ਾਨਾ ਲਗਾਉਣ ਵਾਲਾ ਵੀ ਤੀਰ ਅੰਦਾਜ਼ ਹੋਣਾ ਚਾਹੀਦਾ ਨਿਸ਼ਾਨੇਬਾਜ਼। ਹੁਣ ਬਾਣੀ ਤਿੱਖੇ ਤੀਰ ਨੇ, ਤੀਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ ਸਧਾਰਨ ਤੀਰ, ਇੱਕ ਹੁੰਦੇ ਨੇ ਅਣੀ ਵਾਲੇ ਤੀਰ ਜਿਹੜੇ ਅੱਗੋਂ ਮੁੜੇ ਹੋਏ ਹੁੰਦੇ ਨੇ। ਜਿਹੜੇ ਆਮ ਤੀਰ ਹੁੰਦੇ ਨੇ ਉਹ ਜਦੋਂ ਅਸੀਂ ਮਾਰਦੇ ਹਾਂ ਤੀਰ ਆਰ ਪਾਰ ਨਿਕਲ ਜਾਂਦੇ ਨੇ, ਪਰ ਜਿਹੜੇ ਖੁੰਗੀ ਵਾਲੇ ਤੀਰ ਹੁੰਦੇ ਨੇ ਅੱਗੋਂ ਮੁੜੇ ਹੋਏ ਅਣੀ ਵਾਲੇ,
ਉਹ ਜਿੱਥੇ ਜਾਂਦੇ ਨੇ ਉੱਥੇ ਖੁੱਭ ਜਾਂਦੇ ਨੇ, ਨਿਕਲਦੇ ਨੇ। ਸਾਡੀਆਂ ਆਮ ਸਧਾਰਨ ਗੱਲਾਂ ਆਮ ਤੀਰ ਨੇ, ਇੱਕ ਕੰਨ ਤੋਂ ਸੁਣੀਆਂ ਦੂਜੇ ਕੰਨ ਚੋਂ ਨਿਕਲ ਗਈਆਂ ਬਾਹਰ ਨਿਕਲ ਗਈਆਂ, ਪਰ ਗੁਰੂ ਦੇ ਤਿੱਖੇ ਸ਼ਬਦ ਦੇ ਤੀਰ ਅਣੀ ਵਾਲੇ ਤੀਰ ਨੇ। ਇੱਕ ਵਾਰ ਲੱਗ ਜਾਏ ਇਹਨਾਂ ਨਿਸ਼ਾਨਾ, ਮੁੜ ਕੇ ਨੀ ਸ਼ਬਦ ਦਾ ਤੀਰ ਨਿਕਲਦਾ, ਤੇ ਨਿਸ਼ਾਨੇਬਾਜ਼ ਹੋਵੇ ਗੁਰੂ ਵਰਗਾ, ਫਿਰ ਤੇ ਨਿਸ਼ਾਨਾ ਉੱਕ ਹੀ ਨੀ ਸਕਦਾ ਨਾ, ਫਿਰ ਸਾਡੇ ਤੇ ਸ਼ਬਦ ਦੇ ਤੀਰ ਅਸਰ ਕਿਉਂ ਨੀ ਕਰਦੇ? ਕਿਉਂਕਿ ਤੀਜੀ ਗੱਲ ਮਨ ਸਾਹਮਣੇ ਨਹੀਂ ਹੈ ਜਿੱਥੇ ਨਿਸ਼ਾਨਾ ਲਾਣਾ, ਉਹ ਤੇ ਘਰੇ ਗਿਆ ਹੋਇਆ। ਗੁਰੂ ਤੀਰ ਅੰਦਾਜ਼ ਹੈ, ਸ਼ਬਦ ਦੇ ਤੀਰ ਖਿੱਚ ਖਿੱਚ ਕੇ ਮਾਰ ਰਿਹਾ, ਪਰ ਜਿਹਨੂੰ ਮਨ ਨੂੰ ਮਾਰਨੇ ਨੇ ਉਹ ਮਨ ਉੱਥੇ ਹੈ ਹੀ ਨਹੀਂ। ਫਿਰ ਕੀ ਕਰਨਾ ਪਏਗਾ? ਮਨ ਨੂੰ ਹਾਜ਼ਰ ਕਰਨਾ ਪਏਗਾ ਉੱਥੇ। ਤਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਨ ਕੀਤੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਅਣੀ ਵਾਲੇ ਤਿੱਖੇ ਤੀਰ ਖੁੰਗੀ ਵਾਲੇ, ਜਿਸ ਲਾਗੀ ਤੀਰ ਤਿਰਮ ਕੀ ਸੋ ਜਾਣੇ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਿਹੜਾ ਸ਼ਬਦ ਦੇ ਤੀਰਾਂ ਚ ਮਰ ਕੇ ਜਿਉਂਦਾ ਮੁੜ ਕੇ ਮਰ ਹੀ ਨਹੀਂ ਸਕਦਾ, ਉਹ ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਹੁਣ ਇਸ ਕਰਕੇ ਮਨ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਤਿੰਨ ਚੀਜ਼ਾਂ ਦਾ। ਹੁਣ ਸਵਾਲ ਇਹ ਵੀ ਮਨ ਕਿਵੇਂ ਹਾਜ਼ਰ ਹੋਵੇ? ਅਸੀਂ ਤੇ ਕਹਿ ਦਿੱਤਾ ਮਨ ਹਾਜ਼ਰ ਹੋਵੇ, ਤੀਰ ਅੰਦਾਜ਼ ਵੀ ਹੈਗਾ, ਤੀਰ ਵੀ ਤਿੱਖੇ ਨੇ, ਨਿਸ਼ਾਨਾ ਕਿਵੇਂ ਆਵੇ, ਲਕਸ਼ ਕਿਵੇਂ ਆਵੇ? ਮਨ ਨੂੰ ਹਾਜ਼ਰ ਕਰਨ ਦਾ ਤਰੀਕਾ ਇਹ ਹੈ, ਜਿਹੜੀ ਤੁਸੀਂ ਬਾਣੀ ਪੜ੍ਹ ਰਹੇ ਹੋ ਉਸ ਬਾਣੀ ਨੂੰ ਸਮਝ ਕੇ ਪੜ੍ਹਨਾ ਸ਼ੁਰੂ ਕਰ ਦਿਓ। ਜਾਣੀ ਕਿ ਇਹ ਵੀ ਮੇਰਾ ਵੀ ਸਵਾਲ ਇਹ ਸੀ ਕਿ ਗੁਰਬਾਣੀ ਦੇ ਅਰਥ ਜਿਹੜੇ ਆ ਜਿਹੜੀ ਆ ਪੜ੍ਹਨੀ ਜ਼ਰੂਰੀ ਆ ਕਿ ਸਮਝਣੀ ਜ਼ਰੂਰੀ ਆ? ਇੱਕ ਤਾਂ ਅਸੀਂ ਪੜ੍ਹਦੇ ਹੀ ਹਾਂ, ਜਦੋਂ ਸਿਆਪ ਜੀ ਨੇ ਗੱਲ ਕੀਤੀ ਪੜ੍ਹਨਾ ਵੀ ਪੜ੍ਹਨੀ ਜ਼ਰੂਰੀ ਕਿ ਸਮਝਣੀ ਜ਼ਰੂਰੀ ਹੈ? ਹਾਂ ਦੇਖੋ, ਬਾਣੀ ਸਮਝਣੀ ਵੀ ਬਹੁਤ ਜ਼ਰੂਰੀ ਹੈ। ਇੱਕੀਵੀਂ ਸਦੀ ਦੂਜੇ ਦਹਾਕੇ ਦਾ ਅੱਧ ਖਤਮ ਹੋ ਰਿਹਾ। ਮੈਨੂੰ ਚੇਤਾ ਨਾ ਭੁੱਲਿਆ, ਆਪਾਂ ਇੱਕ ਜ਼ਰੂਰ ਤੁਸੀਂ ਜਿਹੜੀ ਆਪਣੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣਾਈ ਆ ਵੀ ਉਹਨਾਂ ਨੇ ਰੀਲ ਕਰ ਲਿਆ ਫੇਸ ਰੀਲ, ਅਤੇ ਉਹਨਾਂ ਨੇ ਦੱਸ ਦਿੱਤਾ ਵੀ ਤੁਸੀਂ ਕਿੱਥੇ ਕਿੱਥੇ ਆ। ਆਪਾਂ ਵੀ ਚੇਤਾ ਰੱਖਿਓ ਜ਼ਰੂਰ, ਆਪਾਂ ਕਿਤੇ ਟੋਪਿਕ ਦੇ ਵਿੱਚ ਜ਼ਰੂਰ ਇਹ ਫੇਸ ਰੀਡਿੰਗ ਵਾਲੀ ਗੱਲ ਜਿਹੜੀ ਆ ਠੀਕ ਹੈ ਕਿਤੇ ਨਾ ਕਿਤੇ ਜ਼ਰੂਰ ਸ਼ੇਅਰ ਕਰਨੀ ਆ ਵੀ ਇਹਦੇ ਕੀ, ਕਿਉਂਕਿ ਕਈ ਆਪਾਂ ਕਹਿ ਦਿੰਦੇ ਵੀ ਉਹ ਪੜ੍ਹ ਕੇ ਦੱਸ ਦਿੱਤਾ ਜਾਂ ਫਲਾਣੇ ਨੇ ਯੋਗੀ ਨੇ ਜਾਂ ਫਲਾਣੇ ਨੇ ਦੱਸ ਦਿੱਤਾ, ਇਹਦੇ ਬਾਰੇ ਪਿੱਛੇ ਵਿਚਾਰ ਆਪਾਂ ਜ਼ਰੂਰ ਕਰਾਂਗੇ ਅਗਰ ਕਿਤੇ ਟਾਈਮ ਮਿਲਿਆ ਤਾਂ। ਅਤੇ ਕੀ ਬਾਣੀ ਸਾਨੂੰ ਪੜ੍ਹਨੀ ਜ਼ਰੂਰੀ ਆ ਕਿ ਸਮਝਣੀ ਵੀ ਜ਼ਰੂਰੀ ਆ? ਠੀਕ ਹੈ ਜੀ, ਦੇਖੋ ਅਸੀਂ ਬਹੁਤ ਸਿਆਣੇ ਹਾਂ, 21ਵੀਂ ਸਦੀ ਦੇ ਵਿੱਚ ਆ, ਇਹਨਾਂ ਐਡਵਾਂਸ ਦੇਸ਼ਾਂ 'ਚ ਬੈਠੇ ਹੋਏ ਹਾਂ, ਇੰਨੇ ਸਿਆਣੇ ਹਾਂ ਕਿ ਜੇ ਕੋਈ ਚੀਜ਼ ਖਾਣੀ ਹੋਵੇ ਬਾਜ਼ਾਰ ਤੋਂ ਲੈ ਕੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਕਿੰਨੀ ਸ਼ੂਗਰ ਹੈ ਜਾਂ ਕਿੰਨੀ ਫੈਟ ਹੈ, ਕਿੰਨੀ ਕੈਲਰੀਜ਼ ਹੈ ਉਹਦੇ ਵਿੱਚ, ਐਵੇਂ ਨਹੀਂ ਚੁੱਕ ਕੇ ਖਾ ਲੈਂਦੇ ਅਸੀਂ। ਅਸੀਂ ਜਾਣਨਾ ਚਾਹੁੰਦੇ ਹਾਂ ਉਹ 'ਚ ਕਿੰਨੀ ਪ੍ਰੋਟੀਨ, ਕਿੰਨੀ ਕਾਰਬੋਹਾਈਡਰੇਟਸ, ਕਿੰਨੇ ਵਿਟਾਮਿਨਸ ਨੇ, ਕਿਉਂਕਿ ਅਸੀਂ ਪੜ੍ਹੇ ਲਿਖੇ ਹਾਂ, ਸਿਆਣੇ ਹਾਂ, ਮਾਮੂਲੀ ਕੱਪੜੇ ਹੀ ਪਾਉਣਾ ਨਾ, ਅਸੀਂ ਐਵੇਂ ਨਹੀਂ ਕੱਪੜਾ ਖਰੀਦ ਕੇ ਲਿਆਉਂਦੇ। ਅਸੀਂ ਜਾਣਨਾ ਚਾਹੁੰਦੇ ਹਾਂ ਉਹਦੇ ਵਿੱਚ ਕਿੰਨੇ ਪਰਸੈਂਟ ਕੋਟਨ ਹੈ, ਕਿੰਨੇ ਪਰਸੈਂਟ ਪਲਿਸਟਰ ਹੈ, ਸਾਨੂੰ ਪਤਾ ਹੋਵੇ, ਐਵੇਂ ਚੁੱਕ ਕੇ ਨਹੀਂ ਪਾ ਲੈਂਦੇ। ਕੋਈ ਪ੍ਰੋਡਕਟ ਖਰੀਦਣਾ ਹੋਵੇ, ਫੋਨ ਲੈਣਾ ਹੈ, ਲੈਪਟੋਪ ਲੈਣਾ ਹੈ, ਅਸੀਂ ਜਾਣਨਾ ਚਾਹੁੰਦੇ ਹਾਂ ਇਹਦੇ 'ਚ ਫੀਚਰਸ ਕਿਹੜੇ ਕਿਹੜੇ ਨੇ, ਫੰਕਸ਼ਨ ਕਿਹੜੇ ਕਿਹੜੇ ਨੇ, ਕਿਹੜਾ ਮਾਡਲ ਹੈ, ਇਹਦੀ ਕੀਮਤ ਕੀ ਹੈ, ਐਵੇਂ ਚੁੱਕ ਕੇ ਨਹੀਂ ਲਿਆਉਂਦੇ। ਹੋਰ ਛੱਡੋ, ਆਟਾ ਹੀ ਲੈਣਾ ਹੁੰਦਾ ਨਾ, ਅਸੀਂ ਜਾਣਨਾ ਚਾਹੁੰਦੇ ਵੀ ਕਿਹੜੇ ਸਟੋਰ ਤੋਂ 2 ਪਾਉਂਡ ਘੱਟ ਦਾ ਆਟਾ ਮਿਲੇਗਾ,
ਜਿੱਥੋਂ ਸਸਤਾ ਮਿਲੇਗਾ ਉੱਥੇ ਜਾਵਾਂਗੇ। ਹਾਂ ਇਹ ਗੱਲ ਵੱਖਰੀ, ਕਈ ਵਾਰ ਅਸੀਂ ਦਿਮਾਗ ਤੋਂ ਸੋਚਦੇ ਨੀ ਵੀ 5 ਪਾਉਣ ਦਾ ਅਸੀਂ 13 ਖਰਚ ਦਿੰਦੇ ਹਾਂ। ਮਤਲਬ ਅਸੀਂ ਫਿਰ ਵੀ ਸਿਆਣੇ ਆ ਦੁਨੀਆਂ ਦੇ ਮਾਮਲੇ ਚ। ਕੋਈ ਚੀਜ਼ ਖਾਣੀ ਹੈ, ਦਵਾਈ ਲੈਣੀ ਹੈ, ਅਸੀਂ ਜਾਣਨਾ ਚਾਹੁੰਦੇ ਹਾਂ ਵੀ ਕਿਹੜੀ ਦਵਾਈ ਡਾਕਟਰ ਦੇ ਰਿਹਾ, ਸਾਨੂੰ ਪਤਾ ਹੋਵੇ, ਐਵੇਂ ਨੀ ਚੁੱਕ ਕੇ ਖਾ ਲੈਂਦੇ ਅਸੀਂ। ਕੁਛ ਖਾਣਾ ਜਾਣਨਾ ਚਾਹੁੰਦੇ ਹਾਂ ਕੀ ਖਾ ਰਹੇ ਹਾਂ, ਸਾਨੂੰ ਪਤਾ ਹੋਵੇ ਮੈਂ ਪੜ੍ਹਿਆ ਲਿਖਿਆ ਹਾਂ, ਮੈਂ ਸਿਆਣਾ ਹਾਂ। ਕੁਛ ਪਹਿਨਣਾ ਹੈ, ਮੈਂ ਜਾਣਨਾ ਚਾਹੁੰਦਾ ਮੈਂ ਕੀ ਪਾ ਰਿਹਾ, ਮੈਨੂੰ ਪਤਾ ਹੋਵੇ। ਪਰ ਧਰਮ ਦੀ ਦੁਨੀਆਂ 'ਚ ਇੰਨੇ ਪਛੜ ਗਏ ਕਿ ਸਿੱਖ ਰੋਜ਼ ਜਪਜੀ ਸਾਹਿਬ ਦਾ ਪਾਠ ਕਰੀ ਜਾਂਦਾ ਹੈ, ਕਰੀ ਜਾਂਦਾ ਹੈ, ਕਰੀ ਜਾਂਦਾ ਹੈ, ਪਰ ਜਾਣਨਾ ਨਹੀਂ ਚਾਹੁੰਦਾ ਉਹਦੇ 'ਚ ਲਿਖਿਆ ਕੀ ਹੈ। ਰੋਜ਼ ਪੜ੍ਹ ਰਿਹਾ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨਚਾਓ, ਪਰ ਜਾਣਨਾ ਨਹੀਂ ਚਾਹੁੰਦਾ ਸਵਸਥ ਦਾ ਮਤਲਬ ਕੀ ਹੈ, ਆਥ ਕਿਹਨੂੰ ਕਹਿੰਦੇ ਨੇ, ਬਾਣੀ ਬਰਮਾਓ ਇਕੱਠਾ ਪੜ੍ਹਨਾ ਕਿ ਅਲੱਗ ਅਲੱਗ ਪੜ੍ਹਨਾ। 20 ਸਾਲ ਤੋਂ ਪੜ੍ਹ ਰਿਹਾ ਅਜੇ ਤੱਕ ਇੰਨਾ ਹੀ ਨਹੀਂ ਪਤਾ ਲੱਗਿਆ। ਕਿਉਂ? ਧਰਮ ਦੀ ਦੁਨੀਆਂ 'ਚ ਅਸੀਂ ਪਛੜ ਗਏ, ਅਸੀਂ ਅਣਜਾਣੇ ਹੀ ਪੜ੍ਹ ਰਹੇ ਹਾਂ, ਸਮਝ ਕੇ ਨਹੀਂ ਪੜ੍ਹ ਰਹੇ, ਬੇਧਿਆਨੇ ਅਸੀਂ ਪੜ੍ਹੀ ਜਾ ਰਹੇ ਹਾਂ। ਸਹਿਜ ਪਾਠ ਕਰ ਰਹੇ ਹਾਂ, ਅਖੰਡ ਪਾਠ ਸਾਹਿਬ ਕਰ ਰਹੇ ਹਾਂ, ਨਿਤਨੇਮ ਦਾ ਪਾਠ ਕਰ ਰਹੇ ਹਾਂ, ਪੜ੍ਹੀ ਜਾ ਰਹੇ ਹਾਂ, ਪਰ ਜਾਣਨਾ ਨਹੀਂ ਚਾਹੁੰਦੇ ਇਹਦੇ 'ਚ ਗੁਰੂ ਸਾਹਿਬ ਮੈਨੂੰ ਕਹਿ ਕੀ ਰਹੇ ਨੇ। ਸਾਡੀ ਸਮਝ ਖਤਮ ਹੋ ਗਈ। ਹੁਣ ਜਦੋਂ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਨਾ ਸ਼ੁਰੂ ਕਰ ਦਿਆਂਗੇ, ਮੈਨੂੰ ਭਾਈ ਵੀਰ ਸਿੰਘ ਦੇ ਜੀਵਨ 'ਚ ਇੱਕ ਗੱਲ ਬਹੁਤ ਪਿਆਰੀ ਲੱਗਦੀ ਹੈ। ਭਾਈ ਵੀਰ ਸਿੰਘ ਜਦੋਂ ਸਹਿਜ ਪਾਠ ਕਰਦੇ ਸਨ, 2-2 ਘੰਟੇ, 3-3 ਘੰਟੇ, ਕੋਈ ਸੱਜਣ ਮਿਲਣ ਆਇਆ ਉਹਨਾਂ ਨੂੰ, 4 ਘੰਟੇ ਬਾਅਦ ਉਡੀਕ ਕਰਦਾ ਰਿਹਾ। ਭਾਈ ਸਾਹਿਬ ਦਿਲ ਪਾਠ ਕਰ ਰਹੇ ਸੀ, 4 ਘੰਟੇ ਬਾਅਦ ਭਾਈ ਵੀਰ ਸਿੰਘ ਬਾਹਰ ਨਿਕਲੇ ਤੇ ਉਹ ਸੱਜਣ ਕਹਿਣ ਲੱਗਾ, ਅੱਜ ਤੇ ਬਹੁਤ ਬਾਣੀ ਪੜ੍ਹ ਲਈ ਤੁਸੀਂ, ਅੱਜ ਤੇ 4 ਘੰਟੇ ਸਹਿਜ ਪਾਠ ਕਰਕੇ ਆਏ ਹੋ। ਭਾਈ ਵੀਰ ਸਿੰਘ ਕਹਿਣ ਲੱਗੇ, ਹਾਂ ਅੱਜ ਬਹੁਤ ਬਾਣੀ ਪੜ੍ਹੀ, ਅੱਜ ਮੈਂ 4 ਪੱਤਰੇ ਪਾਠ ਕਰਕੇ ਆਇਆ। 4 ਘੰਟੇ 4 ਪੱਤਰੇ, ਉਹ ਹੈਰਾਨ ਹੋ ਗਿਆ, ਕਹਿਣ ਲੱਗਾ 4 ਘੰਟੇ ਤੇ 4 ਪੱਤਰੇ ਪਾਠ ਕੀਤਾ ਤੁਸੀਂ? ਕਹਿਣ ਲੱਗੇ ਕੀ ਕਰਾਂ, ਜਿੰਨਾ ਚਿਰ ਇੱਕ ਸ਼ਬਦ ਦੀ ਸਮਝ ਨਹੀਂ ਆਉਂਦੀ ਦੂਜਾ ਕਿਵੇਂ ਪੜ੍ਹ ਲਾਂ, ਇੱਕ ਲੈਸਨ ਸਮਝ ਆਇਆ ਨਹੀਂ ਮੈਂ ਉਹਨੂੰ ਛੱਡ ਕੇ ਦੂਜਾ ਲੈਸਨ ਪੜ੍ਹਨਾ ਸ਼ੁਰੂ ਕਰ ਦਿਆਂ, ਇੱਕ ਸਬਕ ਸਮਝ ਆਇਆ ਨਹੀਂ ਮੈਂ ਦੂਜਾ ਸਬਕ ਕਿਵੇਂ ਪੜ੍ਹਨਾ। ਜਿੰਨਾ ਚਿਰ ਮੈਨੂੰ ਇੱਕ ਸ਼ਬਦ ਨਹੀਂ ਸਮਝ ਆ ਰਿਹਾ ਗੁਰੂ ਮੈਨੂੰ ਕੀ ਕਹਿ ਰਿਹਾ ਇਸ ਸ਼ਬਦ ਵਿੱਚ, ਉਹ ਮੈਂ ਛੱਡ ਜਾਵਾਂ ਤੇ ਦੂਜਾ ਪੜ੍ਹਨਾ ਸ਼ੁਰੂ ਕਰ ਦਿਆਂ, ਫਿਰ ਗੁਰਮਤਿ ਦੀ ਪੜ੍ਹਾਈ ਥੋੜ੍ਹਾ ਹੋਈ ਹੈ। ਗੁਰਮਤਿ ਦੀ ਪੜ੍ਹਾਈ ਤੇ ਤਾਂ ਹੋਏਗੀ ਜਦੋਂ ਇੱਕ ਲੈਸਨ ਸਮਝ ਆ ਗਿਆ, ਇੱਕ ਸ਼ਬਦ ਗੁਰੂ ਮੈਨੂੰ ਕੀ ਕਹਿ ਰਿਹਾ ਇਸ ਸ਼ਬਦ 'ਚ, ਕੀ ਹੁਕਮ ਕਰ ਰਿਹਾ, ਮੈਂ ਤਾਂ ਹੀ ਦੂਜਾ ਪੜ੍ਹਾਂਗਾ ਨਾ, ਦੂਜਾ ਸਮਝ ਆ ਜਾਏਗਾ ਤੇ ਮੈਂ ਤੀਜਾ ਪੜ੍ਹਾਂਗਾ ਨਾ। ਜਿੰਨਾ ਚਿਰ ਇੱਕ ਪੰਕਤੀ ਸਮਝ ਨਹੀਂ ਆ ਰਹੀ ਮੈਂ ਦੂਜੀ ਕਿਵੇਂ ਪੜ੍ਹ ਜਾਵਾਂ, ਜਦੋਂ ਇੱਕ ਅੱਖਰ ਸਮਝ ਆ ਜਾਏਗਾ ਮੈਂ ਤਾਂ ਹੀ ਦੂਜਾ ਅੱਖਰ ਪੜ੍ਹਾਂਗਾ, ਕਿਉਂਕਿ ਮੈਂ ਦੌੜ ਨਹੀਂ ਲਾ ਰਿਹਾ, ਮੈਂ ਸਿੱਖ ਰਿਹਾ ਗੁਰੂ ਤੋਂ, ਕਿਉਂਕਿ ਮੈਂ ਸਿੱਖ ਹਾਂ, ਸਿੱਖ ਹਾਂ, ਤੇ ਜੇ ਸਿੱਖ ਹਾਂ ਤੇ ਸਿੱਖਣਾ ਪੈਣਾ, ਸਿੱਖਣਾ ਤੇ ਦੌੜਨਾ ਗੱਲ ਨਹੀਂ ਪੈਣੀ। ਉਹਨਾਂ ਨੇ ਇੱਕ ਉਦਾਹਰਣ ਵੀ ਦਿੱਤੀ ਆਪਣੀ ਕਵਿਤਾ ਦੇ ਵਿੱਚ, ਕੋਈ ਪਸਾਰੀ ਪੁੱਛਦਾ ਸ਼ਹਿਦ ਦੀ ਮੱਖੀ ਤੋਂ, ਇਹ ਸ਼ਹਿਦ ਦੀ ਮੱਖੀ ਤੇਰਾ ਸ਼ਹਿਦ ਬਹੁਤ ਮਿੱਠਾ ਹੈ, ਕਿੱਥੋਂ ਲੈ ਕੇ ਆਈ ਹੈ? ਸ਼ਹਿਦ ਦੀ ਮੱਖੀ ਨੇ ਇਸ਼ਾਰਾ ਕਰ ਦਿੱਤਾ ਬਾਗ ਵੱਲ, ਫੁੱਲਾਂ ਦੇ ਬਾਗ ਚੋਂ। ਕਹਿਣ ਲੱਗਾ ਅੱਛਾ ਠੀਕ ਹੈ, ਨਿਸ਼ਚਿੰਤ ਹੋ ਗਿਆ ਉਹ। ਉਹਨੇ ਮੱਸਿਆ ਦੀ ਰਾਤ ਚੁਣੀ, ਕਾਲੇ ਕੱਪੜੇ ਪਾਏ, ਹਨੇਰੀ ਰਾਤ ਉਹਨੇ ਦੀਵਾਰ ਟੱਪੀ ਟੱਪੀ, ਬਾਗ ਦੀ ਅੰਦਰ ਗਿਆ, ਬਹੁਤ ਸਾਰੇ ਫੁੱਲ ਤੋੜ ਕੇ ਇਕੱਠੇ ਕੀਤੇ, ਅੱਧਾ ਬਾਗ ਉਜਾੜ ਕੇ ਘਰ ਲੈ ਆਇਆ। ਉਹਨੇ ਉਹਨਾਂ ਫੁੱਲਾਂ ਨੂੰ ਚੰਗੀ ਤਰ੍ਹਾਂ ਰਗੜਿਆ, ਘੋਟਿਆ ਸ਼ਹਿਦ ਬਣਾਉਣ ਵਾਸਤੇ, ਰਗੜ ਕੇ ਜਦੋਂ ਚੱਟ ਕੇ ਦੇਖਿਆ ਤੇ ਬੜੀ ਕੁੜੱਤਨ, ਉਹਨੇ ਵਿੱਚ ਖੰਡ ਪਾ ਕੇ ਨਾ
ਤੇ ਖੰਡ ਨਾਲ ਰਗੜਨਾ ਸ਼ੁਰੂ ਕਰਦਾ ਵੀ ਸ਼ਾਇਦ ਹੁਣ ਸ਼ਾਇਦ ਬਣ ਜਾਏ। ਚੰਗੀ ਤਰ੍ਹਾਂ ਖੰਡ ਪਾ ਕੇ ਰਗੜਿਆ, ਚੱਟ ਕੇ ਦੇਖਿਆ, ਹੁਣ ਗੁਲਕੰਦ ਤੇ ਤਿਆਰ ਹੋ ਗਈ ਪਰ ਸ਼ਾਇਦ ਫਿਰ ਨਹੀਂ ਬਣਿਆ। ਉਹਨੇ ਕਿਹਾ ਵੀ ਮੱਖੀ ਨੇ ਧੋਖਾ ਦਿੱਤਾ, ਝੂਠ ਬੋਲਿਆ। ਅਗਲੇ ਦਿਨ ਚਲਾ ਗਿਆ ਮੱਖੀ ਕੋਲ ਵੀ ਦੇਖ ਮੱਖੀ ਮੈਂ ਚੋਰ ਵੀ ਬਣਿਆ, ਬਾਗ ਵੀ ਉਜਾੜਿਆ, ਸ਼ਾਇਦ ਫਿਰ ਨਹੀਂ ਬਣਿਆ। ਮੱਖੀ ਕਹਿੰਦੀ ਕੀ ਕੀਤਾ? ਕਹਿੰਦਾ ਕਹਿੰਦਾ ਫੁੱਲ ਤੋੜ ਕੇ ਇੱਦਾਂ ਦਾ ਰਗੜਿਆ, ਖੰਡ ਵੀ ਪਾਈ, ਸ਼ਾਇਦ ਨਹੀਂ ਬਣਿਆ। ਮੱਖੀ ਹੱਸ ਪਈ, ਕਹਿੰਦਾ ਕਿ ਸ਼ਾਇਦ ਇੱਦਾਂ ਨਹੀਂ ਬਣਦੇ ਹੁੰਦੇ, ਸ਼ਾਇਦ ਬਣਾਉਣ ਲਈ ਚੋਰ ਬਣਨ ਦੀ ਲੋੜ ਨਹੀਂ, ਬਾਗ ਉਜਾੜਨ ਦੀ ਲੋੜ ਨਹੀਂ, ਮੇਰੇ ਵਾਂਗੂ ਮੱਖੀ ਹੋ ਜਾ, ਨਿਮਰਤਾ ਵਿੱਚ ਆ ਜਾ, ਔਰ ਇੱਕ ਇੱਕ ਫੁੱਲ ਦੇ ਰਸ ਨੂੰ ਚੂਸ, ਪਰਾਗ ਖੰਡ ਲੈ, ਮਾਣ ਉਸ ਰਸ ਨੂੰ, ਇੱਕ ਫੁੱਲ ਨੂੰ ਮਾਣ, ਦੂਸਰੇ ਨੂੰ ਮਾਣ, ਤੀਸਰੇ ਨੂੰ ਮਾਣ, ਨਾ ਤੇ ਬਾਗ ਉਜੜੇਗਾ, ਨਾ ਚੋਰ ਬਣਨਾ ਪਏਗਾ, ਤੇ ਸ਼ਾਇਦ ਵੀ ਮਿਲ ਜਾਏਗਾ। ਭਾਈ ਵੀਰ ਸਿੰਘ ਨੇ ਉਹ ਕਵਿਤਾ ਲਿਖੀ, ਤੋੜ ਗੁਲਾਬ ਪਸਾਰੀ ਲਿਆਇਆ, ਮਲ ਮਲ ਖੰਡ ਰਲਾਈ, ਵੀ ਕੁੜਤਨ ਰਹੀ ਸਵਾਦ ਵਿੱਚ ਬਣੀ ਨਾ ਉਹ ਮਠਿਆਈ। ਤੇ ਮੱਖੀ ਨੇ ਫਿਰ ਕੀ ਕਿਹਾ? ਮੱਖੀ ਬਣ ਕਣ ਰਸ ਜੇ ਚੁਗਦਾ, ਤੋੜ ਨਾ ਅਬ ਗੁਆਉਂਦਾ, ਮਾਲੀ ਨਾਲੋਂ ਨੇਹ ਨਾ ਟੁੱਟਦਾ, ਰਸ ਪੀਂਦਾ ਸੁਖਦਾਈ। ਭਾਵ ਇੱਕ ਇੱਕ ਸ਼ਬਦ ਬਾਣੀ ਫੁੱਲਾਂ ਦਾ ਬਾਗ ਖਿੜਿਆ ਹੋਇਆ, ਇੱਕ ਇੱਕ ਸ਼ਬਦ ਦੇ ਫੁੱਲ ਦਾ ਰਸ ਮਾਣੋ, ਇੱਕ ਇੱਕ ਪੰਖੜੀ ਦਾ, ਇੱਕ ਇੱਕ ਲਾਈਨ, ਇੱਕ ਇੱਕ ਅੱਖਰ ਚੋਂ ਰਸ ਲਓ, ਸਾਗਰ ਦੀ ਯਾਤਰਾ ਤੈਰ ਕੇ ਕਰਨ ਦੀ ਬਜਾਏ ਮਰਜੀਵੜੇ ਹੋ ਜਾਓ, ਡੂੰਘੀ ਚੁੱਪੀ ਲਾਵਾਂਗੇ ਤੇ ਸਾਨੂੰ ਅੰਦਰੋਂ ਕੀਮਤੀ ਹੀਰੇ ਜਵਾਹਰਾਤ ਮਿਲ ਜਾਣਗੇ। ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਸਮਝ ਕੇ ਪੜੋ, ਮੈਂ ਕੀ ਪੜ ਰਿਹਾ ਹਾਂ? ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਹੁਣ ਅਰਥਾਂ ਦੀਆਂ ਸਟੀਕਾਂ ਹਰ ਸਿੱਖ ਦੇ ਘਰ ਹੋਣੀਆਂ ਚਾਹੀਦੀਆਂ, ਨਹੀਂ ਤੇ ਆਨਲਾਈਨ ਅੱਜ ਸਾਨੂੰ ਅਰਥ ਮਿਲ ਜਾਂਦੇ ਨੇ। ਜਪਜੀ ਸਾਹਿਬ ਦਾ, ਰਹਿਰਾ ਸਾਹਿਬ ਦਾ ਬੇਸਿਕ ਸਾਡੀਆਂ ਬਾਣੀਆਂ ਨੇ, ਘੱਟੋ ਘੱਟ ਇਹਨਾਂ ਦੇ ਅਰਥ ਤੇ ਸਿੱਖ ਨੂੰ ਆਉਣੇ ਚਾਹੀਦੇ ਨੇ। ਇਸ ਕਰਕੇ ਬਾਣੀ ਵਿਚਾਰ ਕੇ ਪੜੋ, ਜਿਹੜੀ ਪੰਕਤੀ ਪੜ੍ਹ ਰਹੇ ਹਾਂ ਉਹਨੂੰ ਵਿਚਾਰਨਾ ਸ਼ੁਰੂ ਕਰ ਦਿਓ, ਮੈਂ ਕੀ ਪੜ੍ਹ ਰਿਹਾ ਹਾਂ, ਇਹਦੇ ਅਰਥ ਕੀ ਨੇ? ਗੁਰਾ ਇੱਕ ਦੇਹ ਬੁਝਾਈ, ਹੇ ਗੁਰੂ ਜੀ ਮੈਨੂੰ ਇੱਕ ਸਮਝ ਦੇ ਦਿਓ, ਸਭਨਾ ਜੀਆਂ ਕਾ ਇੱਕ ਦਾਤਾ, ਜਿਹੜਾ ਰੱਬ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ, ਸੋ ਮੈਂ ਬਿਸਤਰ ਨਾ ਜਾਈ, ਉਹ ਮੈਨੂੰ ਭੁੱਲ ਨਾ ਜਾਏ। ਉਹਦੇ ਨਾਲ ਦੋ ਫਾਇਦੇ ਹੋਣਗੇ, ਇੱਕ ਤੇ ਮਨ ਸ਼ਬਦਾਂ ਦੇ ਅਰਥਾਂ ਚ ਬਿਜ਼ੀ ਹੋ ਜਾਏਗਾ, ਵਿਚਾਰ ਕਰਨ ਲੱਗ ਜਾਏਗਾ, ਫਿਰ ਦੌੜੇਗਾ ਕਿਵੇਂ, ਕਿਉਂਕਿ ਇੱਕ ਟਾਈਮ ਤੇ ਇੱਕੋ ਕੰਮ ਕਰ ਸਕਦਾ। ਇੱਕ ਤੇ ਮਨ ਜੁੜ ਜਾਏਗਾ ਬਾਣੀ ਵਿੱਚ, ਸ਼ਬਦ ਦੇ ਵਿੱਚ ਜੁੜ ਜਾਏਗਾ। ਦੂਜਾ ਲਾਭ ਇਹ ਹੋਏਗਾ, ਸਾਨੂੰ ਸਮਝ ਲੱਗ ਜਾਏਗੀ ਗੁਰੂ ਕੀ ਕਹਿ ਰਿਹਾ, ਅਸੀਂ ਗਿਆਨਵਾਨ ਹੋ ਜਾਵਾਂਗੇ, ਸਾਨੂੰ ਗੁਰਬਾਣੀ ਦਾ ਗਿਆਨ ਮਿਲ ਜਾਏਗਾ, ਅਸੀਂ ਗੁਰੂ ਦਾ ਹੁਕਮ ਜਾਣ ਲਾਂਗੇ, ਮੇਰਾ ਗੁਰੂ ਗੁਰਬਾਣੀ ਚ ਆਹ ਹੁਕਮ ਕਰ ਰਿਹਾ ਹੈ, ਤੇ ਅਸੀਂ ਗਿਆਨਵਾਨ ਗੁਰਸਿੱਖ ਬਣ ਜਾਵਾਂਗੇ, ਇਹ ਦੋ ਲਾਭ ਹੋ ਜਾਣਗੇ। ਆਪ ਜੀ ਨੇ ਅਰਥਾਂ ਦੀ ਗੱਲ ਕੀਤੀ ਆ, ਸਾਡੇ ਕੋਲ ਆਮ ਜੀਵਨ ਦੇ ਵਿੱਚ ਬਹੁਤ ਸਾਰੇ ਸਟੀਕ ਜਾਂ ਇਸ ਤਰ੍ਹਾਂ ਕਦੀ ਕਿਸੇ ਨੇ ਕੀਤੇ ਆ, ਅਰਥ ਕੀਤੇ ਆ, ਗੁਰਬਾਣੀ ਦੇ ਸਹੀ ਅਰਥ ਕਿਹੜੇ ਟੀਕੇ ਲੈ ਲਈਏ, ਉਹਦੇ ਬਾਰੇ ਸਾਨੂੰ ਜਾਣਨਾ ਪਵੇ, ਸਾਰੀ ਗੁਰਬਾਣੀ ਦੇ ਸਹੀ ਅਰਥ ਕਿਸ ਤਰੀਕੇ ਨਾਲ ਸਾਨੂੰ ਮਿਲਦੇ। ਹਾਂਜੀ, ਵੈਸੇ ਤਾਂ ਬਹੁਤ ਸਾਰੇ ਵਿਦਵਾਨਾਂ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਦੇ ਅਰਥ ਕੀਤੇ, ਬਹੁਤ ਸਾਰੀਆਂ ਸਟੀਕਾਂ ਨੇ ਗੁਰਮੁਖਾਂ ਦੀਆਂ ਲਿਖੀਆਂ ਹੋਈਆਂ। ਅੱਜ ਕੱਲ੍ਹ ਜਿਹੜਾ ਦੇਖਣ 'ਚ ਪ੍ਰਚਲਿਤ ਹੋ ਰਿਹਾ ਨਜ਼ਰ ਆ ਰਿਹਾ, ਜਿਵੇਂ ਸਾਡੇ ਇਤਿਹਾਸਕ ਗੁਰਦੁਆਰਿਆਂ 'ਚ ਦਰਬਾਰ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ, ਹੋਰ ਗੁਰਦੁਆਰਾ ਸਾਹਿਬਾਨਾਂ ਤੋਂ ਜਿਹੜੇ ਅਰਥ ਡਿਸਪਲੇ ਕੀਤੇ ਜਾਂਦੇ ਨੇ, ਉਹ ਅਕਸਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਜਿਹੜੇ ਅਸੀਂ ਦੇਖਦੇ ਹਾਂ, ਕਿਉਂਕਿ ਪੰਥ 'ਚੋਂ ਪ੍ਰਮਾਣਿਕ ਮੰਨ ਲਏ ਗਏ ਨੇ। ਅਤੇ ਪਰ ਮੈਂ ਕਹਾਂਗਾ ਅਰਥ ਉਹ ਪ੍ਰਮਾਣ ਨੇ ਜਿਹੜੇ ਸਰਬ ਸਾਂਝੇ, ਸਰਬ ਕਾਲੀ ਅਤੇ ਸਰਬ ਦਿਸ਼ੀ ਹੋਣ,
ਉਹੀ ਅਰਥ ਪ੍ਰਵਾਨ ਨੇ। ਉਹ ਕਿਵੇਂ? ਗੁਰਬਾਣੀ ਸਰਬ ਸਾਂਝੀ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਜਿਹੜੇ ਅਰਥ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਇੱਥੋਂ ਤੱਕ ਨਾਸਤਿਕ ਵਾਸਤੇ ਵੀ ਸਹੀ ਹੋਣ ਉਹ ਅਰਥ ਪ੍ਰਮਾਣਿਕ ਹੋਣਗੇ, ਕਿਉਂਕਿ ਗੁਰਬਾਣੀ ਸਰਬ ਸਾਂਝੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਗੁਰਬਾਣੀ ਦਾ ਗਿਆਨ ਸਰਬ ਸਾਂਝਾ ਹੈ ਸਾਰੀ ਦੁਨੀਆਂ ਵਾਸਤੇ। ਦੂਜਾ, ਗੁਰਬਾਣੀ ਹੈ ਸਰਬ ਦੇਸ਼ੀ। ਸਾਰਿਆਂ ਦੇਸ਼ਾਂ ਦੇ ਵਿੱਚ ਗੁਰਬਾਣੀ ਸੱਚ ਹੈ, ਝੂਠ ਨਹੀਂ ਹੋ ਸਕਦੀ। ਇਹ ਨਹੀਂ ਵੀ ਭਾਰਤ ਵਿੱਚ ਤੇ ਬਾਣੀ ਸੱਚ ਹੈ ਪਰ ਇੰਗਲੈਂਡ ਦੇ ਵਿੱਚ ਆ ਕੇ ਝੂਠ ਹੋ ਗਈ, ਉਹ ਗਲਤ ਹੋ ਜਾਏਗਾ। ਨਹੀਂ, ਇੱਥੇ ਵੀ ਸੱਚ ਹੈ। ਇੱਥੋਂ ਤੱਕ ਜੇ ਕੱਲ ਨੂੰ ਮਨੁੱਖ ਮੰਗਲ ਗ੍ਰਹਿ ਦੇ ਉੱਪਰ ਕਲੋਨੀ ਵਸਾ ਕੇ ਰਹਿਣ ਲੱਗ ਜਾਏ, ਮੰਗਲ ਗ੍ਰਹਿ ਤੇ ਵੀ ਬਾਣੀ ਦੇ ਸਿਧਾਂਤ ਸੱਚ ਹੋਣਗੇ। ਕੱਲ ਨੂੰ ਕੋਈ ਹੋਰ ਗ੍ਰਹਿ ਖੋਜ ਲਿਆ ਜਾਏ, ਉਸ ਗ੍ਰਹਿ ਦੇ ਉੱਪਰ ਏਲੀਅਨਸ ਰਹਿੰਦੇ ਹੋਣ, ਉੱਥੇ ਵੀ ਬਾਣੀ ਸੱਚ ਹੀ ਹੋਏਗੀ, ਕਿਉਂਕਿ ਗੁਰਬਾਣੀ ਸਰਬ ਦੇਸ਼ੀ ਹੈ। ਅਸੀਂ ਕਹਿੰਦੇ ਹਾਂ ਗੁਰਬਾਣੀ ਚੋਂ ਕੁੰਡੀ ਸੁਣੀਐ ਸਾਚੇ ਨਾਮ ਸਮਾਏ ਦਾ। ਗੁਰਬਾਣੀ ਚੋਹਾਂ ਕੁੰਡਾਂ ਚ, ਮੈਨੇ ਚੋਹਾਂ ਦਿਸ਼ਾਵਾਂ ਵਿੱਚ ਸੱਚ ਹੈ, ਇਸ ਕਰਕੇ ਗੁਰਬਾਣੀ ਸਰਬ ਦੇਸ਼ੀ ਹੈ। ਤੀਜਾ ਹੈ, ਗੁਰਬਾਣੀ ਸਰਬ ਕਾਲੀ ਹੈ। ਸਰਬ ਕਾਲੀ ਮੈਨੇ ਤਿੰਨਾਂ ਕਾਲਾਂ ਚ ਸੱਚ ਹੈ। ਜੇ ਪਹਿਲਾਂ ਸੱਚ ਸੀ ਗੁਰੂ ਸਾਹਿਬ ਦੇ ਜ਼ਮਾਨੇ ਚ, ਅੱਜ ਵੀ ਗੁਰਬਾਣੀ ਸੱਚ ਹੈ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਤੇ ਅੱਜ ਹੀ ਸੱਚ ਨਹੀਂ, ਆਉਣ ਵਾਲੇ ਸਮੇਂ ਵੀ ਸੱਚ ਹੋਏਗੀ ਹਮੇਸ਼ਾ ਲਈ, ਕਿਉਂਕਿ ਗੁਰਬਾਣੀ ਦੇ ਇਹ ਬਚਨ ਹੈਗੇ ਨੇ ਕਿ ਗੁਰਬਾਣੀ ਵੱਜੀ ਚੋਂ ਜੁਗੀ ਸੱਚੋ ਸੱਚ ਸੁਣਾਏ। ਗੁਰਬਾਣੀ ਚੋਂ ਜੁਗਾਂ ਚ ਵੱਜੇਗੀ, ਭਾਵ ਲੰਘ ਚੁੱਕੇ ਸਮੇਂ ਲਈ ਵੀ, ਹੁਣ ਵੀ ਤੇ ਆਉਣ ਵਾਲੇ ਵੀ, ਹਮੇਸ਼ਾ ਹਰ ਸਮੇਂ ਵਿੱਚ। ਹੁਣ ਇੱਕ ਸਵਾਲ ਪੈਦਾ ਹੋਏਗਾ ਵੀ ਕਿਵੇਂ ਗੁਰਬਾਣੀ ਸਰਬ ਸਾਂਝੀ ਕਿਵੇਂ ਹੈ, ਸਰਬਕਾਲੀ ਕਿਵੇਂ, ਸਰਬਦੇਸ਼ੀ ਕਿਵੇਂ ਹੈ। ਮੈਂ ਇਹਦੇ ਲਈ ਇੱਕ ਉਦਾਹਰਨ ਦੇ ਦਿੰਦਾ ਵਾਂ। ਮੈਂ ਗੁਰਬਾਣੀ ਵਿੱਚੋਂ ਇੱਕ ਪੰਕਤੀ ਲਈ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ। ਹੁਣ ਇਹ ਗੱਲ ਸਰਬ ਸਾਂਝੀ ਹੈ ਵੀ ਸੱਚ ਬੋਲੋ ਝੂਠ ਨਾ ਬੋਲੋ। ਜੇ ਸਿੱਖ ਵਾਸਤੇ ਗੱਲ ਸੱਚ ਹੈ, ਹਿੰਦੂ ਵਾਸਤੇ ਵੀ ਸੱਚ ਹੈ, ਅੰਗਰੇਜ਼ ਵਾਸਤੇ ਵੀ ਸੱਚ ਹੈ, ਜੈਨੀ, ਬੁੱਧੀ, ਪਾਰਸੀ, ਯਹੂਦੀ ਕੋਈ ਵੀ ਹੋਵੇ, ਇਹ ਗੁਰਬਾਣੀ ਸਰਬ ਸਾਂਝੀ ਹੈ। ਇੱਥੋਂ ਤੱਕ ਨਾਸਤਕ ਨਹੀਂ ਮੰਨਦਾ ਨਾ ਗੁਰਬਾਣੀ ਨੂੰ, ਰੱਬ ਨੂੰ ਨਹੀਂ ਮੰਨਦਾ, ਇਹ ਤੇ ਉਹਦੇ ਵਾਸਤੇ ਵੀ ਸੱਚ ਹੈ। ਨਾਸਤਕ ਨੂੰ ਵੀ ਸੱਚ ਬੋਲਣਾ ਚਾਹੀਦਾ, ਝੂਠ ਨਹੀਂ, ਕਿਉਂਕਿ ਗੁਰਬਾਣੀ ਮਨੁੱਖਤਾ ਵਾਸਤੇ ਹੈ, ਸਰਬ ਸਾਂਝੀ ਹੈ। ਹਰ ਮਨੁੱਖ ਆਸਤਿਕ ਹੈ, ਨਾਸਤਿਕ ਹੈ, ਧਰਮੀ ਹੈ, ਅਧਰਮੀ ਹੈ, ਉਹਦੇ ਲਈ ਇੱਕ ਪੰਕਤੀ ਸੱਚ ਹੈ ਕਿ ਸੱਚ ਬੋਲੋ ਝੂਠ ਨਾ ਬੋਲੋ। ਇਹ ਅਰਥ ਸਹੀ ਹੋ ਗਿਆ ਨਾ, ਕਿਉਂਕਿ ਸਰਬ ਸਾਂਝੀ ਹੋ ਗਿਆ। ਦੂਜਾ ਇਹ ਅਰਥ ਹੋ ਗਏ ਸਰਬਦੇਸ਼ੀ। ਸਰਬਦੇਸ਼ੀ ਮੈਨੇ ਜੇ ਇੰਡੀਆ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਸੱਚ ਬੋਲਣਾ, ਇੰਗਲੈਂਡ ਦੇ ਲੋਕਾਂ ਵਾਸਤੇ ਵੀ ਜ਼ਰੂਰੀ ਹੈ ਨਾ, ਅਮਰੀਕਾ ਵਾਸਤੇ ਜ਼ਰੂਰੀ। ਇਹਨੇ ਵੀ ਅਮਰੀਕਾ ਚਲੋ ਝੂਠ ਬੋਲ ਲਵੇ, ਉੱਥੇ ਵੀ। ਜੇ ਮੰਗਲ ਗ੍ਰਹਿ ਤੇ ਮਨੁੱਖ ਕਲੋਨੀ ਵਸਾ ਕੇ ਰਹਿਣ ਲੱਗ ਜਾਏ, ਉੱਥੇ ਵੀ ਸੱਚ ਹੋਣਗੇ ਵੀ ਸੱਚ ਬੋਲੋ। ਜੇ ਕੋਈ ਹੋਰ ਨਵਾਂ ਗ੍ਰਹਿ ਖੋਜ ਲਿਆ ਜਾਏ ਜਿੱਥੇ ਏਲੀਅਨਸ ਰਹਿੰਦੇ ਹੋਣ, ਏਲੀਅਨਸ ਵਾਸਤੇ ਵੀ ਇਹ ਗੱਲ ਸੱਚ ਹੈ ਵੀ ਸੱਚ ਬੋਲੋ, ਉਹਨਾਂ ਦੀ ਨਗਰੀ ਵਾਸਤੇ ਵੀ। ਬਾਣੀ ਸਰਬ ਦੇਸ਼ੀ ਹੈ। ਹੁਣ ਇਹ ਅਰਥ ਪ੍ਰਵਾਨ ਹੋਣਗੇ, ਸੱਚ ਬੋਲੋ ਝੂਠ ਨਾ ਬੋਲੋ, ਕਿਉਂਕਿ ਸਾਰਿਆਂ ਦੇਸ਼ਾਂ 'ਤੇ ਲਾਗੂ ਹੋ ਸਕਦੇ ਨੇ ਹਰ ਜਗ੍ਹਾ 'ਤੇ। ਦੂਜਾ ਬਾਣੀ, ਤੀਜਾ ਹੈ ਬਾਣੀ ਸਰਬ ਕਾਲੀ। ਹਰੇਕ ਸਮੇਂ 'ਚ ਸੱਚ, ਜੇ ਹਜ਼ਾਰ ਸਾਲ ਸੱਚ ਬੋਲਣਾ ਜ਼ਰੂਰੀ ਸੀ ਤਾਂ ਇਹ ਥੋੜ੍ਹੀ ਵੀ ਅੱਜ ਹੁਣ ਬੋਲਣਾ ਜ਼ਰੂਰੀ ਨਹੀਂ ਹੈ, ਅੱਜ ਵੀ ਸੱਚ ਬੋਲਣਾ ਜ਼ਰੂਰੀ ਹੈ। ਮੈਂ ਕਹਿੰਦਾ ਹਜ਼ਾਰਾਂ ਲੱਖਾਂ ਸਾਲਾਂ ਬਾਅਦ ਯੁੱਗ ਗੁਜ਼ਰ ਜਾਣ, ਬਾਣੀ ਤਾਂ ਵੀ ਸੱਚ ਰਹੇਗੀ, ਇਹ ਸੱਚ ਬੋਲੋ, ਇਹ ਸਰਬ ਕਾਲੀ ਹੈ। ਦੁਨੀਆਂ ਮੁੱਕ ਜਾਏ, ਬਾਣੀ ਫਿਰ ਵੀ ਸੱਚ ਰਹੇਗੀ, ਕਿਉਂਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸ਼ਬਦ ਦੇ ਉਹ ਅਰਥ ਪ੍ਰਮਾਣਿਕ ਮੰਨੇ ਜਾਣਗੇ
ਜਿਹੜੇ ਅਰਥ ਸਰਵ ਸਾਂਝੇ ਹੋਣ, ਸਰਵ ਸਾਂਝੇ ਹੋਣ, ਸਰਵ ਦੇਸ਼ੀ ਹੋਣ ਤੇ ਸਰਵ ਕਾਲੀ ਹੋਣ, ਉਹੀ ਅਰਥ ਪ੍ਰਵਾਨ ਹੋਣਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਇਸ ਐਪੀਸੋਡ 'ਚ ਆਪਾਂ ਗੁਰਬਾਣੀ ਬਾਰੇ ਵਿਚਾਰ ਕੀਤੀ ਆ, ਪੜ੍ਹਨੀ ਕਿਉਂ ਜ਼ਰੂਰੀ ਆ, ਸਾਰੇ ਵਿਸ਼ੇ ਜਿਹੜੇ ਆਪ ਜੀ ਨੇ ਟੱਚ ਕੀਤੇ ਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਆਉਣ ਵਾਲੇ ਸਮੇਂ 'ਚ ਵੀ ਫੇਰ ਦੁਬਾਰਾ ਇਸੇ ਤਰ੍ਹਾਂ ਆਪ ਜੀ ਦੇ ਨਾਲ ਰੂਬਰੂ ਕਰਾਂਗੇ ਸੰਗਤਾਂ ਦੇ ਸਾਹਮਣੇ। ਖਾਸ ਧੰਨਵਾਦ ਜੋ ਕਿ ਇਹੋ ਜਿਹੇ ਸਬਜੈਕਟ ਟੋਪਿਕ ਲੈ ਕੇ ਆਉਂਦੇ ਹੋ, ਤੁਹਾਡੇ ਸਵਾਲ ਇਹੋ ਜਿਹੇ ਹੁੰਦੇ ਨੇ ਇੱਕ ਵਾਰ ਤੇ ਦਿਮਾਗ ਚੱਕਰਾ ਜਾਂਦਾ ਵੀ ਪਰ ਜਦੋਂ ਗੁਰਬਾਣੀ ਦੀ ਰੋਸ਼ਨੀ ਆ ਜਾਂਦੀ ਹੈ ਉਦੋਂ ਸਾਰੇ ਸਾਨੂੰ ਸਵਾਲਾਂ ਦੇ ਜਵਾਬ ਗੁਰਬਾਣੀ ਵਿੱਚੋਂ ਹੀ ਮਿਲ ਜਾਂਦੇ। ਅਸੀਂ ਵੀ ਤੁਹਾਨੂੰ ਬਿਲਕੁਲ ਕਲੀਅਰ ਕਰ ਦਈਏ ਕਿ ਅਸੀਂ ਵੀ ਤੁਹਾਡੇ ਵਰਗੇ ਵਿਦਵਾਨ ਸੁਣਦੇ ਹਾਂ ਅਤੇ ਉਹਨਾਂ ਦੇ ਵਿੱਚੋਂ ਹੀ ਤੁਹਾਡੇ ਨਾਲ ਬੈਠਣ ਦਾ ਸਾਨੂੰ ਮੌਕਾ ਮਿਲਦਾ। ਅਸੀਂ ਤੁਹਾਨੂੰ ਸੁਣ ਕੇ ਹੀ ਜਿਹੜੀ ਛੋਟੀ ਮੋਟੀ ਸੋਝੀ ਆਈ ਆ ਅਤੇ ਆਪ ਜੀ ਦੇ ਜਾਂ ਹੋਰ ਪ੍ਰਚਾਰਕਾਂ ਦੇ ਸੂਝ ਬੂਝ ਦੇ ਨਾਲ ਹੀ ਆ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਪੰਜਾਬ ਸਟੂਡੀਓ 'ਤੇ ਆਉਣ ਦਾ ਅਤੇ ਆਸ ਕਰਦੇ ਹਾਂ ਅਗਲੇ ਸਮੇਂ ਵਿੱਚ ਫਿਰ ਆਪ ਜੀ ਨਾਲ ਰੂਬਰੂ ਹੋਵਾਂਗੇ। ਹੋਈਆਂ ਭੁੱਲਾਂ ਦੀ ਮਾਫੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ